वॉचिंग NC7 न्यूज हर खबर ते नजर। SSP ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਫਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ਼ੱਕ ਦੇ ਆਧਾਰ ਤੇ ਘਰ ਤੇ ਰੇਡ ਕੀਤੀ ਗਈ ਤਾਂ 20,000 ਨਸ਼ੀਲੀਆਂ ਗੋਲੀਆਂ ਦਾ ਇੱਕ ਵੱਡਾ ਖੰਜੀਰਾ ਬਰਾਮਦ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ DSP ਸਿਟੀ ਫਰੀਦਕੋਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਹੀ ਘਰ ਵਿੱਚ ਬਜਰੀ ਦੇ ਢੇਰ ਕੋਲ ਇੱਕ ਪਲਾਸਟਿਕ ਦੇ ਗੱਟੇ ਵਿੱਚ ਨਸ਼ੀਲੀਆਂ ਗੋਲੀਆਂ ਦਾ ਵੱਡਾ ਖੰਜੀਰਾ ਦੱਬ ਕੇ ਰੱਖਿਆ ਹੋਇਆ ਸੀ। ਪੁਲਿਸ ਨੇ ਮੌਕੇ ਤੇ ਮੁਖਤਿਆਰ ਕੌਰ ਨੂੰ ਗ੍ਰਿਫਤਾਰ ਕਰਕੇ FRI ਨੰਬਰ 117 ਅੰਡਰ ਸੈਕਸ਼ਨ 22 NDPS ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੱਲ ਮਿਤੀ 20/10/2019 ਨੂੰ ਇੱਕ ਇਨਫੋਰਮੇਸ਼ਨ ਹੋਈ ਸੀ ਕਿ ਸਿਕੰਦਰ ਸਿੰਘ ਪੁੱਤਰ ਕਰਤਾਰ ਸਿੰਘ ਉਸਦੀ ਮਾਤਾ ਮੁਖਤਿਆਰ ਕੌਰ ਵਾਈਫ ਆਫ ਕਰਤਾਰ ਸਿੰਘ ਵਾਸੀ ਪਿੰਡ ਢੁੱਡੀ ਜੋ ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਨੇ ਜਿਹੜੇ ਕਿ ਭਾਰੀ ਮਾਤਰਾ 'ਚ ਜਿਹੜਾ ਨਸ਼ੇ ਦਾ ਵਪਾਰ ਕਰਦੇ ਨੇ। ਇਹ ਇਨਫੋਰਮੇਸ਼ਨ ਹੋਣ 'ਤੇ ਇਸ ਸੰਬੰਧੀ ਜਿਹੜਾ FIR ਲੌਂਚ ਕੀਤੀ ਗਈ। FIR ਲੌਂਚ ਕਰਨ ਤੋਂ ਬਾਅਦ ਜੋ ਇਸ ਘਰ ਵਿੱਚ 27 ਐਵੀਡੈਂਸ ਤਹਿਤ 20,000 ਟਰਾਮਾਡੋਲ ਦੀਆਂ ਗੋਲੀਆਂ ਜੋ ਕਿ ਇਹਨੇ ਗੱਟਾ ਪਲਾਸਟਿਕ ਦੇ ਵਿੱਚ ਪਾ ਕੇ ਆਪਣੇ ਘਰ ਦੀ ਚਾਰਦੀਵਾਰੀ ਦੇ ਅੰਦਰ ਇੱਕ ਬਜਰੀ ਦਾ ਢੇਰ ਦੇ ਹੇਠਾਂ ਸਾਈਡ 'ਤੇ ਉਹਦੇ ਨੱਪ ਕੇ ਰੱਖੀਆਂ ਹੋਈਆਂ ਸੀ। ਜੋ ਇਸ ਰਿਗਾਰਡਿੰਗ ਅਸੀਂ FIR ਨੰਬਰ 177 ਮਿਤੀ 20/10/2019 ਅੰਡਰ ਸੈਕਸ਼ਨ 22 NDPS ਐਕਟ ਕੇਸ ਰਜਿਸਟਰ ਥਾਣਾ ਸਦਰ ਫਰੀਦਕੋਟ ਕੀਤਾ। ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੋ ਇਸ ਕੇਸ ਵਿੱਚ ਮੁਖਤਿਆਰ ਕੌਰ ਜਿਹੜੀ ਹੈ ਅਕਿਊਜ਼ਡ ਨੂੰ ਅਰੈਸਟ ਕਰ ਲਿਆ ਗਿਆ। ਇਸ ਕੇਸ ਦੇ ਵਿੱਚ ਜਿਹੜਾ ਉਸਦਾ ਲੜਕਾ ਜਿਹੜਾ ਦੌੜਿਆ ਹੋਇਆ ਉਹਦੀ ਵੀ ਚੱਲਦੀ ਹੈ, ਅਸੀਂ ਉਸਨੂੰ ਅਰੈਸਟ ਕਰ ਲਵਾਂਗੇ ਅਤੇ ਇਹ ਵੀ ਪਤਾ ਲਾਵਾਂਗੇ ਇਹਦਾ ਓਰੀਜਨ ਬਾਰੇ ਕਿ ਜਿਹੜੀ ਐਡੀ ਭਾਰੀ ਮਾਤਰਾ ਵਿੱਚ ਜਿਹੜੀ ਇਹ ਗੋਲੀਆਂ ਨੇ ਕਿੱਥੋਂ ਲੈ ਕੇ ਆਇਆ। NC7 ਨਿਊਜ਼ ਹਰ ਖਬਰ ਤੇ ਨਜ਼ਰ।